ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ। ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ ਸੀ, ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜੇ ਸਿੰਪਲ ਸੈਮੀ ਫੋਰਮਲ ਜੇ ਸੂਟ ਹੈਗੇ, ਤੁਸੀਂ ਛੋਟੇ ਮੋਟੇ ਫੰਕਸ਼ਨ 'ਤੇ ਵੀ ਪਾ ਸਕਦੇ ਹੋ, ਔਰ ਹੈਵੀ ਵੀ ਹੈ। ਸੋ ਦੋਨੇ ਆਪਾਂ ਕੰਬੀਨੇਸ਼ਨ ਆ ਜਿਹੜਾ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਕਿਸ ਤਰ੍ਹਾਂ ਜਿਹੜਾ ਸੂਟਸ ਹੈਗੇ ਬਣਾ ਸਕਦੇ ਹੋ। ਸੋ ਇਹ ਹੈਗਾ ਜੀ, ਜਿਵੇਂ ਸ਼ਿਮਰ ਦੇ ਵਿੱਚ ਆਪਣੇ ਕੋਲ, ਆਪਾਂ ਪਹਿਲਾਂ ਵੀ ਇਹਨੂੰ ਸ਼ੋਅ ਕੀਤਾ ਹੈਗਾ, ਹੁਣ ਥੋੜ੍ਹਾ ਜਿਹਾ ਕਲਰ ਸੇਮ ਹੀ ਹੈ ਜੀ, ਐਕਚੁਅਲੀ ਸੇਮ ਹੀ ਕਲਰ ਹੈਗਾ ਸ਼ਿਮਰ ਦੇ ਵਿੱਚ, ਕਿਉਂਕਿ ਸ਼ਿਮਰ ਦੇ ਵਿੱਚ ਸੈਮੀ ਦੇ ਵਿੱਚ ਅਵੇਲੇਬਲ ਜਿਹੜੇ ਸੂਟ ਹੁੰਦੇ ਹੈਗੇ ਆ ਉਹ ਮਿਲ ਡਾਈਡ ਹੀ ਅੱਛਾ ਰਹਿੰਦਾ ਹੈਗਾ। ਅਗਰ ਤੁਸੀਂ ਇਹਨੂੰ ਡਾਈ ਕਰਵਾਉਣੇ ਆ ਤਾਂ ਉਹ ਸਟਾਫ ਆ ਜਿਹੜਾ ਵਧੀਆ ਨਹੀਂ ਹੈ, ਜਾਂ ਫਿਰ ਤੁਹਾਨੂੰ ਪਿਓਰ ਦੇ ਵਿੱਚ ਜਾਣਾ ਪਏਗਾ, ਪਿਓਰ ਆ ਜਿਹੜੀ ਕਾਫੀ ਕੋਸਟਲੀ ਹੈ। ਸੋ ਇਸ ਤਰ੍ਹਾਂ ਇਹ ਨੀਚੇ ਕੱਟ ਵਰਕ ਕੀਤਾ ਹੋਇਆ, ਵਿੱਚ ਮਸ਼ੀਨ ਐਮਬਰਾਇਡਰੀ ਦੇ ਫਲਾਵਰ, ਬਹੁਤ ਹੀ ਪਿਆਰਾ ਜਿਹਾ ਕੰਸੈਪਟ ਹੈ ਇਹਦਾ। ਇਸ ਤਰ੍ਹਾਂ ਇਹ ਬਾਜੂ 'ਤੇ ਵਰਕ ਹੈ। ਸੋ ਇਹ ਹੈਗਾ ਸ਼ਰਾਰਾ ਜੀ ਨਾਲ, ਇਹਦੇ ਨਾਲ ਆਪਾਂ ਡਬਲ ਟੋਨ, ਜਿਵੇਂ ਇਹਦੇ ਵਿੱਚ ਦੋ ਟੋਨ ਦਾ ਜਿਹੜਾ ਆ ਰਿਹਾ ਕੰਸੈਪਟ, ਸੋ ਡਬਲ ਟੋਨ ਦੁਪੱਟਾ ਕੀਤਾ ਹੋਇਆ। ਹਾਫ ਹਾਫ ਆ ਜਿਹੜਾ ਦੁਪੱਟਾ, ਡਬਲ ਟੋਨ ਕੀਤਾ ਹੋਇਆ ਔਰ ਸਾਈਡਸ 'ਤੇ ਕੱਟ ਵਰਕ ਦਿੱਤਾ ਹੋਇਆ। ਸੋ ਇਹ ਬਹੁਤ ਹੀ ਪਿਆਰਾ ਜਿਹਾ ਕੰਸੈਪਟ ਆ, ਤੁਸੀਂ ਟਰਾਈ ਕਰ ਸਕਦੇ ਹੋ। ਨੈਕਸਟ ਹੈਗਾ ਜੀ ਸੀ ਗ੍ਰੀਨ ਜੇ ਸ਼ੇਡ ਦੇ ਉੱਪਰ ਬਟਰਫਲਾਈ ਵਾਲਾ ਡਿਜ਼ਾਈਨ ਆ, ਇਸ ਤਰ੍ਹਾਂ ਕੱਟ ਵਰਕ ਹੋ ਕੇ ਗਲਾ ਬਣਦਾ ਹੈਗਾ, ਇਸ ਤਰ੍ਹਾਂ ਬਾਜੂ ਬਣਦੀ ਹੈਗੀ। ਸੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਕੰਸੈਪਟ ਹੈ, ਔਰ ਇਹਦੇ ਨਾਲ ਆਪਾਂ ਦੁਪੱਟਾ ਹੈਗਾ ਜਿਵੇਂ ਇਸ ਤਰ੍ਹਾਂ ਫੁੱਲ ਟਾਈ ਡਾਈ ਕੀਤਾ ਹੋਇਆ। ਸੋ ਇਹ ਦੇਖੋ ਕਾਫੀ ਕਲਰਫੁੱਲ ਆ ਜਿਹੜਾ, ਇਹਦੇ ਨਾਲ ਆਪਾਂ ਦੁਪੱਟਾ ਕੀਤਾ ਹੋਇਆ, ਔਰਗੈਂਜ਼ਾ ਦਾ ਹੀ ਦੁਪੱਟਾ ਲਾਇਆ ਹੋਇਆ। ਸੋ ਇਹ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ। ਸੋ ਇਹ ਥੋੜ੍ਹਾ ਸੈਮੀ ਫੋਰਮਲ ਵੀ ਹੋ ਜਾਂਦਾ ਔਰ ਪਾਰਟੀ ਵੇਅਰ ਵੀ ਹੋ ਜਾਂਦਾ। ਇਹ ਹੈਗਾ ਜੀ ਕ੍ਰੇਪ ਦੇ ਵਿੱਚ ਬਹੁਤ ਹੀ ਪਿਆਰਾ, ਇਹ ਵੀ ਆਪਾਂ ਜਿਵੇਂ ਡਿਜ਼ਾਈਨ ਆਪਣਾ ਕਾਫੀ ਜਿਹੜਾ ਸਾਰਿਆਂ ਨੇ ਪਸੰਦ ਕੀਤਾ। ਸੋ ਇਸ ਤਰ੍ਹਾਂ, ਔਰ ਇਸ ਤਰ੍ਹਾਂ ਇਹਦੇ ਉੱਪਰ ਬਟਨ ਲੱਗੇ ਹੋਏ ਆ, ਇਹਦੇ ਨਾਲ ਵੀ ਆਪਾਂ ਜਿਹੜਾ ਦੁਪੱਟਾ ਹੈਗਾ ਕਾਫੀ ਹੈਵੀ ਕਰਦੇ ਹਾਂ। ਇਸ ਤਰ੍ਹਾਂ ਸਾਰੇ ਦੁਪੱਟੇ ਦੇ ਉੱਪਰ ਫਲਾਰ ਹੈਗੇ ਆ ਜੀ। ਸੋ ਇਹ ਵੀ ਬਹੁਤ ਹੀ ਪਿਆਰਾ ਕੰਸੈਪਟ ਹੈ, ਇਹਦੇ ਜਿਵੇਂ ਬੋਟਮ 'ਤੇ ਆਪਾਂ ਇਸ ਤਰ੍ਹਾਂ ਵਰਕ ਕਰਦੇ ਹਾਂ। ਸੋ ਨੈਕਸਟ ਹੈਗਾ ਜੀ ਕੋਟਨ ਦੇ ਉੱਪਰ, ਅਗਰ ਤੁਸੀਂ ਕੋਟਨ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਆਪਾਂ ਲੇਸਿਸ ਲਾ ਕੇ, ਜਿਵੇਂ ਇਹ ਬਣਾਏ ਸੀ ਸੂਟ, ਸੋ ਆਪਾਂ ਨੂੰ ਕਾਫੀ ਪਸੰਦ ਕੀਤੇ ਸਾਰਿਆਂ ਨੇ, ਲੇਸਿਸ ਦੇ ਕੇ ਇਹਨਾਂ ਨੂੰ ਫਿਨਿਸ਼ ਕੀਤਾ ਇਸ ਤਰ੍ਹਾਂ। ਇਹ ਵੀ ਵਰਕ ਨਾਲ ਜੀ ਵਿੱਚ ਹੈ, ਜਿਹੜਾ ਸੂਟ ਦੇ ਵਿੱਚ ਅਸੀਂ ਮੜਦੇ ਹਾਂ ਲੇਸ ਨੂੰ। ਸੋ ਬਹੁਤ ਪਿਆਰਾ ਕੰਸੈਪਟ ਹੈ, ਇਹਦੇ ਨਾਲ ਵਾਈਟ ਬੋਟਮ ਹੈ ਔਰ ਵਾਈਟ ਹੀ ਜਿਹੜਾ ਦੁਪੱਟਾ ਹੈਗਾ। ਸੋ ਇਹਦਾ ਜਿਹੜਾ ਸਟੱਫ ਹੈਗਾ ਜੀ, ਇਹ ਜੋਰਜਟ ਹੈ, ਇਹ ਸਟੱਫ ਜੋਰਜਟ ਹੈ। ਕਰੀਪ ਦਿਖਾਇਆ ਤੁਹਾਨੂੰ ਔਰ ਇਹ ਹੈਗਾ ਸ਼ਿਮਰ ਦਾ। ਅਗਰ ਤੁਸੀਂ ਜਿਵੇਂ ਕਿ ਮੇਰੇ ਕੋਲ ਕਾਫੀ ਕਸਟਮਰਸ ਹੈਗੇ ਆ ਜਿਹੜੇ ਕਹਿੰਦੇ ਆ ਕਿ ਤੁਸੀਂ ਪਲੀਜ਼ ਨਵਾਂ ਕੁਛ ਦਿਖਾਓ, ਨਵਾਂ ਕੁਛ ਦਿਖਾਓ, ਕਾਫੀ ਕੁਛ ਨਵਾਂ ਹੈ ਜੀ ਵੀਡੀਓ ਦੇ ਵਿੱਚ, ਜਾਂ ਕਹਿੰਦੇ ਆ ਵੀਡੀਓ ਦਾ ਲਿੰਕ ਭੇਜ ਦਿਓ, ਕਿਉਂਕਿ ਅਸੀਂ ਕਾਫੀ ਡਿਜ਼ਾਈਨਸ ਔਰ ਕਾਫੀ ਜਿਹੜੇ ਨਵੇਂ ਡਿਜ਼ਾਈਨ ਹੈ ਉਹ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ। ਸੋ ਸਾਡੇ ਲਈ ਵੀ ਪੋਸੀਬਲ ਨਹੀਂ ਹੁੰਦਾ ਜੀ, ਤੁਸੀਂ ਡੇਲੀ ਜਿਹੜੇ ਦੇਖਦੇ ਹੋ ਵੀਡੀਓਸ ਤਾਂ ਉਹਦੇ 'ਚੋਂ ਜਿਹੜਾ ਸਕਰੀਨਸ਼ੋਟ ਲੈ ਕੇ ਰੱਖ ਲਿਆ ਕਰੋ। ਕਈ ਵਾਰ ਕਲਰ ਦੇ ਉੱਪਰ ਕਹਿੰਦੇ ਹੁੰਦੇ ਆ ਕਿ ਤੁਸੀਂ ਇਸ ਕਲਰ ਦਾ ਸੂਟ ਪਾਇਆ ਸੀ। ਸੋ ਇਹ ਸਿੰਗਲ ਥਰੈਡ ਦਾ ਫਲਾਰ ਹੈ ਜੀ, ਮਸ਼ੀਨ ਐਮਬਰਾਇਡਰੀ ਹੈ, ਸਾਈਡਸ 'ਤੇ ਆਰੀ ਐਮਬਰਾਇਡਰੀ ਹੈ। ਸੋ ਇਹ ਬਹੁਤ ਹੀ ਪਿਆਰਾ ਕੰਸੈਪਟ ਹੈ, ਸੋ ਇਸ ਤਰ੍ਹਾਂ ਤੁਸੀਂ ਟਰਾਈ ਕਰ ਸਕਦੇ ਹੋ। ਡਬਲ ਸ਼ੇਡਿਡ ਦੁਪੱਟਾ ਹੈਗਾ,
चनौन भी लगा सकते हैं, चनौन लेसिस लगा सकते हो, ऑर्गेंजा लेसिस लगा सकते हो, ऑर्गेंजा कटवर्क कर सकते हो। बॉटम दे विच शरारा गरारा स्ट्रेट सलवार हैवी सलवार एवरीथिंग जो तुहानू पसंद हैगा तुसी वो कर सकते हो। ऑर्डर का प्रोसीजर है जिहड़ा तुहानू पता हैगा जी, स्क्रीनशॉट लैके वट्सएप नंबर 7589231377 ते भेज सकते हो, प्राइस जान सकते हो। सो जिवें भी तुहानू पसंद हुंदा प्लीज़ उस तरह जिहड़ा प्राइस आ पुछिया करो कि सानू ये चाहिए, क्योंकि हर बार ये कट के अगर बहुत सारे ये भी होंगे मैसेजेस कि असी अपना स्टाफ भेज दीए ओनली वर्क का की प्राइज़ है। प्लीज़ असी ਸਾਡੇ ਕੋਲੇ ਕਈ ਕਸਟਮਰ ਐਸੇ ਹੈਗੇ ਆ ਜਿਹੜੇ ਸਾਡੇ ਬਹੁਤ ਕਲੋਜ਼ ਹੋ ਜਾਂਦੇ ਆ ਅਤੇ ਉਹ ਕਹਿੰਦੇ ਅਸੀਂ ਤੁਹਾਨੂੰ ਸਟਾਫ ਭੇਜਾਂਗੇ, ਉਹ ਸਟਾਫ ਭੇਜਦੇ ਵੀ ਹੈ, ਬਟ ਸਾਡੇ ਇੱਥੇ ਇੰਨਾ ਸਟਾਫ ਪਿਆ ਹੈਗਾ ਉਹ ਵਿੱਚ ਜਿਹੜਾ ਮਿਕਸ ਹੋ ਜਾਂਦਾ, ਫਿਰ ਸਾਨੂੰ ਬਹੁਤ ਹੀ ਪ੍ਰੋਬਲਮਸ ਆਉਂਦੀਆਂ, ਅਸੀਂ ਕਦੇ ਵੀ ਇਸ ਤਰ੍ਹਾਂ ਨਹੀਂ ਕਰਦੇ। ਕੁਝ ਕੁ ਕਸਟਮਰ ਹੈਗੇ ਆ ਜਿਨ੍ਹਾਂ ਦੇ ਅਸੀਂ ਸਟਾਫ ਉਹ ਭੇਜਦੇ, ਅਸੀਂ ਵਰਕ ਕਰਦੇ ਹਾਂ, ਪਰ ਅਸੀਂ ਉਹ ਵੀ ਬੰਦ ਕੀਤਾ ਹੋਇਆ ਜੀ, ਹੁਣ ਅਸੀਂ ਕਿਸੇ ਦਾ ਨਹੀਂ ਕਰਦੇ ਕਿਉਂਕਿ ਸਾਡੇ ਪਿੱਛੇ ਜੇ ਕਾਫੀ ਸਟਾਫ ਆ ਜਿਹੜਾ ਇੱਧਰ ਉੱਧਰ ਹੋਇਆ, ਸਾਨੂੰ ਨਹੀਂ ਪਤਾ ਚੱਲਦਾ ਇਹ ਕਸਟਮਰ ਦਾ ਜਾਂ ਸਾਡਾ ਆਪਣਾ। ਸੋ ਇਸ ਤਰ੍ਹਾਂ ਦੇ ਨਹੀਂ, ਅਸੀਂ ਕੰਪਲੀਟ ਸੂਟ ਜੀ ਓਨਲੀ ਸੂਟ ਲੈ ਸਕਦੇ ਹਾਂ ਵਿਦ ਵਰਕ ਵਿਦਆਊਟ, ਦੁਪੱਟਾ ਲੈ ਸਕਦੇ ਹਾਂ ਵਿਦਆਊਟ ਸਟਿਚਿੰਗ ਲੈ ਸਕਦੇ ਹੋ ਜੀ। ਸੋ ਇਸ ਤਰ੍ਹਾਂ ਆਪਾਂ ਤੁਹਾਡੇ ਨਾਲ ਪੂਰਾ ਕੋਆਪਰੇਟ ਕਰਾਂਗੇ। ਸੋ ਇਸੇ ਤਰ੍ਹਾਂ ਜੀ ਹਰ ਰੋਜ਼ ਤੁਹਾਡੇ ਨਾਲ ਜਿਹੜੀਆਂ ਨਵੀਆਂ ਨਵੀਆਂ ਵੀਡੀਓਜ਼ ਆਪਾਂ ਸ਼ੇਅਰ ਕਰਦੇ ਰਵਾਂਗੇ, ਨਵੇਂ ਨਵੇਂ ਡਿਜ਼ਾਈਨ ਆਪਾਂ ਸ਼ੇਅਰ ਕਰਦੇ ਰਵਾਂਗੇ। ਇੰਸਟਾ 'ਤੇ ਆਪਣੀ ਆਈਡੀ ਹੈਗੀ ਹੈ ਯੂਨੀਕ ਕ੍ਰਿਏਸ਼ਨ ਬੁਟੀਕ ਦੇ ਨਾਮ 'ਤੇ, ਸਾਰਿਆਂ ਦੀਆਂ ਰੀਲਸ ਆ ਜਿਹੜੀਆਂ ਇੰਸਟਾ 'ਤੇ ਵੀ ਅਪਲੋਡ ਹੁੰਦੀਆਂ। ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਆਪਾਂ ਇੰਸਟਾ ਇਸੇ ਲਈ ਚਾਲੂ ਕੀਤਾ ਹੈਗਾ ਕਿ ਬਹੁਤ ਸਾਰੇ ਕਸਟਮਰ ਬਾਹਰ ਕਹਿੰਦੇ ਕਿ ਵੀਡੀਓ ਦੇਖਣ ਦਾ ਟਾਈਮ ਨਹੀਂ ਹੈ, ਕਈ ਵਾਰ ਨੋਟੀਫਿਕੇਸ਼ਨ ਨਹੀਂ ਜਾਂਦਾ। ਸੋ ਤੁਸੀਂ ਇੰਸਟਾ 'ਤੇ 1 ਸੈਕਿੰਡ ਦੇ ਵਿੱਚ ਜਿਹੜਾ ਵੀਡੀਓ ਦੇਖ ਕੇ ਉਹਨੂੰ ਤੁਸੀਂ ਆਰਡਰ ਕਰਨਾ ਜਾਂ ਨਹੀਂ ਕਰਨਾ ਤੁਸੀਂ ਡਿਸਾਈਡ ਕਰ ਸਕਦੇ ਹੋ। ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਇਨਿੰਗ ਸ਼ੇਅਰ ਕਰਾਂਗੇ। ਸੋ ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ 'ਤੇ, ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।